ਉਹ ਦੁੱਧ ਮੱਖਣੀਆਂ ਖਵਾ ਕੇ ਤੈਨੂੰ ਕਬੱਡੀ ਖੇਡਣ ਲਾਤਾ। ਮਾਂ ਦੀਆਂ ਦੁਆਵਾਂ ਨੇ ਤਾਂ ਕਿੰਦਿਆ ਤੈਨੂੰ ਟੌਪ ਦਾ ਰੇਡਰ ਬਣਾਤਾ। ਸੱਚੀ ਗੱਲ ਆਖਾਂ ਜੇ ਕਿੰਦਿਆ ਤੂੰ ਜਿੱਤ ਕੇ ਵੀ ਅੱਜ ਹਰ ਗਿਆ। ਮਾਂ ਆਪਣੀ ਤੇ ਡਿਪਰੈਸ਼ਨ ਵਿੱਚ ਵਾਰ ਤੂੰ ਕਰ ਗਿਆ। 9 ਮਹੀਨੇ ਪਾਲੀ ਕੁੱਖ ਨੂੰ ਸ਼ਰਮਸ਼ਾਰ ਤੂੰ ਕਰ ਗਿਆ। ਡਿਪਰੈਸ਼ਨ ਸੀ ਜਾਂ ਦਾਰੂ ਤੇਰੀ ਪੀਤੀ ਸੀ, ਤੂੰ ਦਾਤਰ ਮਾਰਨ ਦੀ ਗਲਤੀ ਵੱਡੀ ਕੀਤੀ ਸੀ। ਹੁਣ ਰੱਬ ਜਾਣਦਾ ਕੀ ਉਸ ਮਾਂ ਤੇ ਬੀਤੀ ਸੀ। ਕਬੱਡੀ ਨੂੰ ਚਾਹੁਣ ਵਾਲਾ ਹਰੇਕ ਪ੍ਰੇਮੀ ਅੱਖਾਂ ਭਰ ਗਿਆ ਏ। ਮਾਂ ਆਪਣੀ ਤੇ ਕਿਹੜੀ ਗੱਲੋਂ ਵਾਰ ਤੂੰ ਕਰ ਗਿਆ ਏ। 9 ਮਹੀਨੇ ਪਾਲੀ ਕੁੱਖ ਨੂੰ ਸ਼ਰਮਸ਼ਾਰ ਤੂੰ ਕਰ ਗਿਆ ਏ। ਤੂੰ ਭਰਾ ਏ ਸਾਡਾ, ਤਾਂਹੀਓ ਤੈਨੂੰ ਸਮਝਾਉਂਦੇ ਆ। ਅਸੀਂ ਫੇਰ ਦੁਬਾਰਾ ਤੈਨੂੰ ਗਰਾਊਂਡਾਂ ਵਿੱਚ ਦੇਖਣਾ ਚਾਹੁੰਦੇ ਆ। ਧੀਆਂ ਪੁੱਤਾਂ ਨੂੰ ਰੋਟੀ ਨਹੀਂ ਕੋਈ ਦਿੰਦਾ, ਪੁੱਛ ਉਹਨਾਂ ਨੂੰ ਜਿਨ੍ਹਾਂ ਦਾ ਮਾਂ ਪਿਓ ਮਰ ਗਿਆ ਏ। ਮਾਂ ਆਪਣੀ ਤੇ ਡਿਪਰੈਸ਼ਨ ਵਿੱਚ ਵਾਰ ਤੂੰ ਕਰ ਗਿਆ ਏ। 9 ਮਹੀਨੇ ਪਾਲੀ ਕੁੱਖ ਨੂੰ ਸ਼ਰਮਸਾਰ ਤੂੰ ਕਰ ਗਿਆ ਏ। ਇਹ ਦੋ ਬੋਲ ਇਕੱਲੇ ਮੈਂ ਕਿੰਦੇ ਬੱਧਣੀ ਵੀਰ ਵਾਸਤੇ ਨਹੀਂ ਲਿਖੇ। ਇਹ ਦੋ ਬੋਲ ਹਰੇਕ ਉਸ ਮਾਂ ਦੇ ਪੁੱਤ ਦੇ ਲਈ ਆ ਜੋ ਚਿੱਟੇ ਦਾ ਕਿਸੇ ਹੋਰ ਨਸ਼ੇ ਦਾ ਆਦੀ ਹੋ ਚੁੱਕਿਆ ਹੈ। ਸੋ ਕਿਰਪਾ ਕਰਕੇ ਆਪਣੇ ਮਾਂ ਪਿਓ ਦੀ ਕਦਰ ਕਰੋ, ਕਿਉਂਕਿ ਇੱਕ ਵਾਰ ਗਏ ਮਾਂ ਪਿਓ ਦੁਬਾਰਾ ਨਹੀਂ ਮਿਲਦੇ। ਜੋ ਵੀ ਤੁਸੀਂ ਨਸ਼ਾ ਕਰਦੇ ਹੋ, ਨਸ਼ੇ ਨੂੰ ਛੱਡ ਦਿਓ ਅਤੇ ਆਪਣੀ ਚੰਗੀ ਜ਼ਿੰਦਗੀ ਜਿਓ। ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ।